ਚਲੋ ਜੀ, ਕਿਚਨ ਦਾ ਹਾਲ ਕੁਛ ਇਸ ਪ੍ਰਕਾਰ ਆ। ਓ ਮਾਈ ਗੋਡ, ਲੁੱਕ ਦੈ ਮੈਨ, ਸੋ ਯਮੀ, ਓ ਮਾਈ ਗੋਡ, ਸੋ ਕਿੰਨੀ ਵੱਡੀ ਫੁੱਲ ਗਈ, ਦੇਖ ਲੁੱਕ ਇਸ ਦੇ, ਕਮ ਔਨ ਕੁਇਕਲੀ ਮੈਨ, ਆਹ ਦਿਖਾ ਲਦੀ ਹਾਂ, ਓ ਮਾਈ ਗੋਡ ਸੋ ਯਮੀ। ਸੋ ਲਓ ਜੀ ਗਾਇਸ, ਲੈ ਲਈ ਹੈ ਛੋਟੀ ਜਿਹੀ ਟਰੋਲੀ, ਇੰਨੇ ਪਿਆਰੇ ਫਰੂਟ ਲੱਗੇ ਆ, ਬਹੁਤ ਸੋਹਣੀ ਸਵੀਟਾਂ ਲੱਗੀਆਂ, ਮੈਂ ਕਿਹਾ ਲੈ ਲਵਾਂ, ਬਟ ਮੈਂ ਕਿਹਾ ਰਹਿਣ ਦਿੰਦੀ ਹਾਂ। ਸੋ ਭੂਤਾਂ ਵਾਲੀਆਂ ਸਵੀਟਾਂ ਅਗਲੇ ਮਹੀਨੇ ਤੋਂ ਲੈਣੀ ਆ। ਦੁੱਧ ਅੰਕਲ ਇੱਥੇ ਖੜੇ ਸੀ, ਮੈਂ ਕਿਹਾ ਅੰਕਲ ਪਿੱਛੇ ਅੜ ਜਾਓ ਫਟਾਫਟ, ਸਾਨੂੰ ਵੀ ਲੈਣ ਦਿਓ। ਸੋ ਲਓ ਜੀ, ਫਾਈਨਲੀ ਅਸੀਂ ਲੈ ਲਿਆ ਇੱਥੋਂ ਦੁੱਧ, ਅਤੇ ਇੱਥੋਂ ਲਏ ਆ ਫਰੈਂਚ ਫਰਾਈਜ਼ ਥੋੜ੍ਹੇ ਜਿਹੇ ਬੱਚਿਆਂ ਵਾਸਤੇ। ਸੋ ਫਰੈਂਚ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੁੱਡ ਮਾਰਨਿੰਗ ਗਾਈਸ। ਸੋ ਗਾਈਸ, ਕੀ ਹਾਲ ਚਾਲ ਸਾਰਿਆਂ ਦਾ? ਠੀਕ ਠਾਕ, ਵਾਹਿਗੁਰੂ ਜੀ ਦੀ ਕਿਰਪਾ, ਸਾਰੀ ਚੜ੍ਹਦੀ ਕਲਾ, ਮੈਂ ਵੀ ਚੜ੍ਹਦੀ ਕਲਾ ਵਿੱਚ ਹਾਂ। ਸੋ ਗਾਈਸ, ਡੇਲੀ ਰੂਟੀਨ ਡੇਲੀ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਗਾਈਸ। ਸੋ ਗਾਈਸ, ਇਹ ਹੈਗਾ ਸਾਡਾ ਬਾਹਰ ਦਾ ਪਿਆਰਾ ਜਿਹਾ ਵਿਊ, ਮੈਂ ਕਿਹਾ ਚੱਲ ਅੱਜ ਗਾਈਸ ਨੂੰ ਦਿਖਾਉਂਦੇ ਹਾਂ। ਸੋ ਅੱਜ ਦਾ ਵੈਦਰ ਤਾਂ ਬਹੁਤ ਹੀ ਪਿਆਰਾ, ਅਤੇ ਥੱਲੇ ਇੱਕਦਮ ਹਰਾ ਹਰਾ ਨਾ, ਗਰੀਨ ਗਰੀਨ, ਮੈਨੂੰ ਘਾਂ ਗਰਾਸ ਨਜ਼ਰ ਆਉਂਦੇ ਹਨ, ਟਰੀਆਂ ਵੀ ਨਜ਼ਰ ਆਉਂਦੀਆਂ, ਅਤੇ ਸਕਾਈ ਵੀ ਅੱਜ ਬੜਾ ਹੀ ਬਿਊਟੀਫੁੱਲ ਬਣਿਆ ਹੋਇਆ ਹੈ, ਅਤੇ ਮੈਂ ਕਿਹਾ ਚੱਲ ਆਪਣੇ ਗਾਈਸ ਨਾਲ ਕਰਦੇ ਹਾਂ ਸ਼ੇਅਰ, ਅਤੇ ਦਿਖਾਉਂਦੇ ਹਾਂ ਤੁਹਾਨੂੰ। Hi guys, welcome back to my channel. I hope everyone is okay. So guys, ਕੀ ਹਾਲ ਚਾਲ ਸਾਰਿਆਂ ਦਾ? ਠੀਕ ਠਾਕ, ਵਾਹਿਗੁਰੂ ਜੀ ਦੀ ਕਿਰਪਾ, ਸਾਰੀ ਚੜ੍ਹਦੀ ਕਲਾ, ਮੈਂ ਵੀ ਠੀਕ ਠਾਕ ਹਾਂ, ਚੜ੍ਹਦੀ ਕਲਾ ਵਿੱਚ ਹਾਂ। ਐਂਡ ਮੈਂ ਤੁਹਾਡਾ ਸਾਰਿਆਂ ਨੂੰ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ, ਅਤੇ ਮੇਰੀ ਵੀਡੀਓ ਨੂੰ ਵੀ ਫੋਲੋ ਵਾਚ ਕਰਦੇ ਪਏ ਹੋ, ਅਤੇ ਸਬਸਕ੍ਰਾਈਬਰ ਵੀ ਕੀਤੇ। ਥੈਂਕ ਯੂ ਸੋ ਮੱਚ ਐਵਰੀ ਵਨ, ਉਹ ਇੰਡੀਆ ਵਾਲੇ, ਪੰਜਾਬ ਵਾਲੇ, ਮੇਰੇ ਭੈਣ ਭਰਾ ਜਿਹੜੇ ਕੱਲ੍ਹ ਦੇ ਨਵੇਂ ਜੁੜੇ ਆ ਮੇਰੇ ਨਾਲ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਅਤੇ ਕੱਲ੍ਹ ਦਾ ਵਲੋਗ ਮੈਂ ਬੈਠ ਕੇ ਘਰ ਸ਼ਾਂਤੀ ਦੇ ਨਾਲ, ਅਤੇ ਫਿਰ ਮੈਂ ਬਣਾਊਂਗੀ। ਅੱਜ ਥੋੜ੍ਹਾ ਮੈਂ ਹਰੀ ਹਫ਼ਤੇ ਹੈਗੀ ਹਾਂ, ਥੋੜ੍ਹਾ ਲੇਟ ਹੋ ਗਿਆ, ਬੱਚੇ ਘਰ ਆ ਨਾ, ਕੱਲ੍ਹ ਮੈਂ ਬੱਚਿਆਂ ਨੂੰ ਜਦੋਂ ਸਕੂਲ ਡ੍ਰੌਪ ਕਰ ਦੂੰਗੀ, ਫਿਰ ਸਾਰਿਆਂ ਦੇ ਪਿਆਰ ਦੇ ਨਾਲ ਕਮੈਂਟ ਪੜ੍ਹ ਕੇ, ਅਤੇ ਤੁਹਾਨੂੰ ਥੈਂਕਸ ਕਰੂੰਗੀ। ਥੈਂਕ ਯੂ, ਮੈਂ ਜਿਨ੍ਹਾਂ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਮੈਂ ਕਰ ਦੂੰਗੀ, ਤੁਸੀਂ ਫਿਕਰ ਨਹੀਂ ਕਰਨੀ, ਬਟ ਮੇਰਾ ਵਲੋਗ ਫੁੱਲ ਵਾਚ ਕਰਨਾ ਹੈ, ਅਤੇ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਵੀ ਕਰਨਾ ਹੈ। ਥੈਂਕ ਯੂ ਗਾਈਸ, ਅਤੇ ਜਿਹੜੇ ਨਵੇਂ ਨਵੇਂ ਆਏ ਆ, ਆਉਣ ਲੱਗੇ ਆਏ ਆ, ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਲਾਈਕ ਦਿਓ, ਕਮੈਂਟ ਜ਼ਰੂਰ ਦਿਓ, ਅਤੇ ਫੁੱਲ ਵਾਚ ਕਰ ਦਿਓ। ਥੈਂਕ ਯੂ ਸੋ ਮੱਚ ਗਾਈਸ, ਮਿਲਦੇ ਹਾਂ ਹੁਣ ਡੇਲੀ ਰੂਟੀਨ ਵਿੱਚ ਤੁਹਾਨੂੰ। ਸੋ ਗਾਈਸ, ਲੁੱਕ ਇਸ ਦਾ, ਮੇਰੀ ਸੈਟੀ ਦਾ ਹਾਲ, ਫਿਰ ਦੇਖੋ ਕੀ ਇਹਨਾਂ ਨੇ ਨਿਆਣਿਆਂ ਨੇ ਕੀਤਾ ਆ। ਸੋ ਲਓ ਜੀ, ਇਹਨੂੰ ਪਹਿਲਾਂ ਸੈੱਟ ਆਊਟ ਕਰ ਲੈਂਦੇ, ਯੂ ਨੋ ਦੈਟ ਰੋਜ਼ ਇਹ ਨਾ ਸੈਟੀ ਬਹੁਤ ਖਰਾਬ ਹੁੰਦੀ। ਸੋ ਐਕਚੁਲੀ ਖਰਾਬ ਨਹੀਂ ਹੁੰਦੀ, ਬੱਚੇ ਨਾ ਕੀ ਕਰਦੇ ਆ, ਇੱਧਰ ਸਰਾਣੇ ਚੁੱਕ, ਇੱਥੇ ਚੁੱਕ, ਇੱਥੇ ਰੱਖ ਲੈਂਦੇ ਕੁਸ਼ਨ, ਇਹਨਾਂ ਨੂੰ ਚੁੱਕ ਚੁੱਕ ਕੇ। ਸੋ ਮੈਂ ਕਿਹਾ ਚਲੋ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਕੁਸ਼ਨ ਇੱਥੇ ਸੈੱਟ ਆਊਟ ਕਰਦੇ ਹਾਂ। ਸੋ ਲਓ ਜੀ, ਸੈੱਟ ਆਊਟ ਹੋ ਚੁੱਕੇ ਆ। ਸੋ ਲਓ ਜੀ, ਬਾਕੀ ਸਾਰਾ ਮੈਂ ਕੱਲ੍ਹ ਦਾ ਕਲੀਨ ਕੀਤਾ, ਗੰਦ ਤਾਂ ਅੱਜ ਬਿਲਕੁਲ ਨਹੀਂ ਪਿਆ, ਸੋ ਕਲੀਨ ਐਂਡ ਨੀਡ। ਸੋ ਹੁਣ ਵੇਖ ਲਓ ਸਾਰਾ ਸਾਫ਼ ਹੀ ਆ, ਅਤੇ 5-10 ਮਿੰਟ ਨੂੰ ਫਿਰ ਇਹ ਖਰਾਬ ਹੋ ਜਾਣਾ। ਸੋ ਲੈਟਸ ਗੋ ਗਾਈਸ, ਚੱਲਦੇ ਹਾਂ ਅਸੀਂ ਕਿਚਨ 'ਚ। ਸੋ ਲਓ ਜੀ, ਕਿਚਨ ਦਾ ਹਾਲ ਕੁਛ ਇਸ ਪ੍ਰਕਾਰ ਆ, ਅਤੇ ਲਾਈਟ ਮੈਂ ਜਗਾਉਂਦੀ ਹਾਂ ਕਿ ਹਨੇਰਾ ਹੋਇਆ, ਅਤੇ ਤੁਸੀਂ ਕਹਿੰਦੇ ਹੋਣੇ ਆਲਵੇਜ਼ ਇਹਦੀ ਮਸ਼ੀਨ ਚੱਲਦੀ ਰਹਿੰਦੀ ਆ। ਲਓ ਜੀ ਗਾਈਸ, ਫਿਰ ਮਸ਼ੀਨ ਲੱਗੀ ਆ, ਮਸ਼ੀਨ ਆਲਵੇਜ਼ ਚੱਲਦੀ ਰਹਿੰਦੀ ਆ। ਸੋ ਇੱਥੇ ਲਾਈ ਆ ਕੜਾਈ, ਬੱਚਿਆਂ ਨੂੰ ਬਣਾ ਕੇ ਦੇਣ ਲੱਗੀ ਆ ਬ੍ਰੇਕਫਾਸਟ। ਸੋ ਜੀ, ਮਸ਼ੀਨ ਚੱਲਣ ਦੀ ਆ ਅਗੇਨ। ਸੋ ਲਓ ਜੀ ਗਾਈਸ, ਇੱਥੇ ਮੈਂ ਟਿਸ਼ੂ ਪਾ ਲਿਆ, ਛਾਨੀ ਰੱਖ ਲਈ ਹੈ, ਅਤੇ ਇੱਥੇ ਮੇਰਾ ਆਇਲ ਹੋ ਗਿਆ ਇੱਕਦਮ ਗਰਮ, ਅਤੇ ਗਰਮ ਆਇਲ ਹੋ ਗਿਆ, ਤੁਸੀਂ ਦੇਖ ਸਕਦੇ ਹੋ। ਸੋ ਲਓ ਜੀ ਗਾਈਸ, ਇੱਥੇ ਮੈਂ ਨਾ ਸਬਜ਼ੀ ਕਰ ਲਈ ਆ ਗਰਮ, ਮਟਰ ਐਂਡ ਪਨੀਰ। ਸੋ ਫਾਈਨਲੀ ਪੂੜੀਆਂ ਵੇਲ ਚੁੱਕੀਆਂ, ਅਤੇ ਆ ਮੈਂ ਪੇੜੇ ਕਰ ਲਿਆ, ਅਤੇ ਆਟਾ ਜਿਹੜਾ ਮੈਦਾ ਅਤੇ ਆਟਾ ਕੱਲ੍ਹ ਦਾ ਬਚ ਗਿਆ ਸੀ, ਅਤੇ ਕੱਲ੍ਹ ਐਕਚੁਲੀ ਪੂੜੀਆਂ ਬਣਾਈਆਂ ਹੀ ਨਹੀਂ ਅਸੀਂ। ਸੋ ਲਓ ਜੀ, ਇਹਨੂੰ ਮੈਂ ਚੱਕ ਕੇ ਵਿੱਚ ਪਾ ਦਿੰਦੀ ਹਾਂ। ਓ ਮਾਈ ਗੋਡ, ਲੁੱਕ ਦੈ ਮੈਨ, ਸੋ ਯਮੀ, ਓ ਮਾਈ ਗੋਡ, ਸੋ ਕਿੰਨੀ ਵੱਡੀ ਫੁੱਲ ਗਈ, ਦੇਖ ਲੁੱਕ ਇਸ ਦੇ, ਕਮ ਔਨ ਕੁਇਕਲੀ ਮੈਨ, ਓ ਮਾਈ ਗੋਡ, ਸੋ ਨਾਈਸ। ਸੋ ਗਾਈਸ, ਮੇਰੀ ਨਾ ਅੱਜ ਪੂੜੀ ਮੈਂ ਬਸ ਵਿੱਚੇ ਪਾਈ ਹੈ, ਇੱਕਦਮ ਫੁੱਲ ਗਈ ਹੈ, ਤੁਸੀਂ ਦੇਖ ਲੈ, ਲਾਗੋ ਦੀ ਦਿਖਾਉਂਦੀ ਹਾਂ। ਓ ਮਾਈ ਗੋਡ, ਸੋ ਯਮੀ, ਵਾਓ, ਦਿਸ ਇਜ਼ ਫੋਰ ਯੂ ਗਾਈਸ, ਐਕਚੁਲੀ ਇਹ ਤੁਹਾਡੇ ਲਈ ਆ, ਆ ਖਾ ਲਿਓ ਪੂੜੀ ਤੁਸੀਂ। ਸੋ ਲਓ ਜੀ, ਮੈਂ ਸੈਕਿੰਡ ਪੂੜੀ ਵੀ ਪਾ ਦਿੱਤੀ ਇਹਦੇ ਵਿੱਚ, ਮੈਂ ਕਿਹਾ ਦੋਨਾਂ ਭਰਾਵਾਂ ਨੂੰ ਨਾ ਇਕੱਠੇ ਇਕੱਠੇ ਦਿੰਦੀ ਹੈ ਨਾ।
ਤੇ ਟੇਸਟੀ ਟੇਸਟੀ ਲੱਗਦਾ। ਸੋ ਲਓ ਜੀ, ਇਹ ਵੀ ਬਣ ਗਈ ਆ। ਓ ਮਾਈ ਗੋਡ, ਸੋ ਨਾਈਸ, ਸੋ ਯੰਮੀ, ਓ ਮਾਈ ਗੋਡ, ਇਟ ਇਜ਼ ਮਾਈ ਫੇਵਰੇਟ। ਤੁਹਾਡੀਆਂ ਵੀ ਫੇਵਰੇਟ ਹੈ ਨਾ ਪੂੜੀਆਂ? ਕਿਹਦੀਆਂ ਕਿਹਦੀਆਂ ਫੇਵਰੇਟ ਆ? ਆਈ ਲਵ ਦਾ ਪੂੜੀ। ਸੋ ਲਓ ਜੀ ਗਾਇਸ, ਪੂੜੀ ਬਣ ਕੇ ਹੋ ਗਈ ਡਨ, ਗਰਮਾ ਗਰਮ। ਹੇ ਬੋਇਸ, ਕਮ ਔਨ। ਸੋ ਗਾਇਸ, ਜਿਹੜਾ ਮੇਰਾ ਕੱਲ੍ਹ ਦਾ ਕੜਾਹ ਪ੍ਰਸ਼ਾਦ ਜਿਹੜਾ ਬਚ ਗਿਆ ਨਾ, ਪ੍ਰਸ਼ਾਦ ਜਿਹੜਾ ਮੈਂ ਬਣਾਇਆ ਸੀ, ਓ ਮਾਈ ਗੋਡ, ਸੋ ਯੰਮੀ, ਓ ਮਾਈ ਗੋਡ, ਜ਼ਿਆਦਾ ਗਰਮ ਹੋ ਗਿਆ ਆ। ਸੋ ਗਾਇਸ, ਅੱਜ ਦਾ ਸਾਡਾ ਬ੍ਰੇਕਫਾਸਟ ਹੈਗਾ ਆ ਪੂੜੀ, ਕੜਾਹ ਐਂਡ ਮਟਰ ਪਨੀਰ ਦੀ ਸਬਜ਼ੀ। ਸੋ ਬੱਚਿਆਂ ਨੂੰ ਦਿੰਦੇ ਹਾਂ ਕੜਾਹ ਪੂੜੀ ਐਂਡ ਮਟਰ ਪਨੀਰ ਦੀ ਸਬਜ਼ੀ। ਸੋ ਜਿਨ੍ਹਾਂ ਨੇ ਖਾਣੀ ਆ, ਫਟਾਫਟ ਆ ਜਾਓ ਆਪਣੀਆਂ ਕੋਲੀ ਭਾਂਡੇ ਲੈ ਕੇ ਆ ਜਾਓ, ਮੈਂ ਤੁਹਾਡੀ ਕੋਲੀਆਂ ਦਾ ਵੇਟ ਕਰੂੰਗੀ, ਠੀਕ ਆ? ਆਹ ਮੈਂ ਰੱਖ ਦਿੱਤਾ ਤੁਹਾਡੇ ਲਈ। ਸੋ ਲਓ ਜੀ, ਮੇਰੇ ਬੱਚੇ ਦੇ ਖਾਂਦੇ ਆ, ਆਹ ਮੇਰੇ ਨਿੱਕੇ ਬੇਬੀ ਦੀ ਅਤੇ ਆਹ ਮੇਰੇ ਵੱਡੇ ਬੇਬੀ ਦੀ। ਸੋ ਮੇਰੇ ਬੱਚੇ ਦੋਵੇਂ ਖਾਣ ਲੱਗੇ ਆ, ਅਤੇ ਤੁਸੀਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਆਹ ਮੈਂ ਤੁਹਾਡੇ ਲਈ ਰੱਖ ਲਈ ਆ, ਠੀਕ ਆ? ਸੋ ਗਾਇਸ, ਇਹਨਾਂ ਨੂੰ ਬ੍ਰੇਕਫਾਸਟ ਮੈਂ ਅੱਜ ਕਰਾ ਦਿੱਤਾ ਆ, ਪੂੜੀ ਸੀ, ਕੜਾਹ ਸੀ ਐਂਡ ਮਟਰ ਪਨੀਰ ਸੀ। ਸੋ ਭਾਂਡੇ ਸਾਰੇ ਵਾਸ਼ ਕਰਕੇ ਇੱਥੇ ਸਜਾ ਦਿੱਤੇ ਆ, ਅਤੇ ਆਹ ਸਾਰਾ ਕਲੀਨ ਹੋ ਚੁੱਕਾ ਆ, ਤੁਸੀਂ ਦੇਖ ਸਕਦੇ ਹੋ, ਨੀਟ ਐਂਡ ਕਲੀਨ। ਹੁਣ ਮੈਂ ਥੋੜ੍ਹਾ ਜਿਹਾ ਚੱਲਦੀ ਹਾਂ ਬਾਹਰ, ਅਤੇ ਬਾਹਰ ਜਾ ਲਓ ਜੀ, ਚੱਲਦੇ ਹਾਂ ਅਸੀਂ ਬੈਲਕਨੀ 'ਚ। ਮੈਂ ਨਾ ਕੱਪੜੇ ਚੂਜ਼ ਕਰਨੀ, ਮੈਂ ਚੱਲੀ ਹਾਂ ਬਾਹਰ ਥੋੜ੍ਹਾ ਸ਼ੋਪਿੰਗ, ਅਤੇ ਮੈਂ ਕਿਹਾ ਚੱਲ। ਸੋ ਲਓ ਜੀ ਗਾਇਸ, ਆਹੀ ਮੈਨੂੰ ਮਿਲ ਗਿਆ ਜਿਹੜਾ ਮੈਂ ਕੱਲ੍ਹ ਪਾਇਆ ਸੀ। ਸੋ ਮੈਂ ਅੱਜ ਤਾਂ ਆਹ ਵਲਾਇਆ ਨਾ, ਗਿੱਲੇ ਵੇਖੋ ਕਿਵੇਂ ਹੋਏ ਕੱਪੜੇ, ਭਾਂਡੇ ਵਗੈਰਾ ਵਾਸ਼ ਕੀਤੇ ਇਸ ਕਰਕੇ। ਸੋ ਚਲੋ ਜੀ, ਆਹ ਪਾਉਂਦੀ ਹਾਂ ਮੈਂ, ਤਾਂ ਦਿਖਾਲਦੀ ਹਾਂ ਤੁਹਾਨੂੰ। ਸੋ ਲਓ ਜੀ ਗਾਇਸ, ਆ ਗਈਆਂ ਜਿਹਨਾਂ ਦਾ ਜਦੋਂ ਮੈਂ ਖਾ ਲੈਂਦੀ ਹਾਂ ਨਾ ਪੂੜੀਆਂ, ਉਦੋਂ ਮੇਰੇ ਗਲੇ ਨੂੰ ਨਾ ਲਾਈਕ ਕੁਛ ਨਾ ਕੁਛ ਪ੍ਰੋਬਲਮ ਪੈ ਜਾਂਦੀ। ਸੋ ਇਸ ਕਰਕੇ ਮੈਂ ਪੂੜੀਆਂ ਬਹੁਤ ਘੱਟ ਬਣਾਉਂਦੀ ਹਾਂ, ਤੁਸੀਂ ਦੇਖਿਆ ਹੀ ਆ, ਲਾਈਕ ਮਹੀਨੇ 'ਚ ਇੱਕ ਵਾਰੀ ਉਹ ਜਾਂ ਕੋਈ ਦਿਨ ਤਿਉਹਾਰ ਆ ਜਾਏ, ਜਾਂ ਕੋਈ ਪ੍ਰੋਗਰਾਮ ਆ ਜਾਏ, ਕੋਈ ਗੁਰਪੁਰਬ ਆ ਜਾਣ, ਜਾਂ ਬੱਚਿਆਂ ਦੇ ਵੱਡੇ ਵਗੈਰਾ ਆਉਣ, ਫਿਰ ਹੀ ਸਾਡੇ ਘਰ ਪੂੜੀਆਂ ਬਣਦੀਆਂ, ਅਦਰਵਾਈਜ਼ ਪੂੜੀਆਂ ਨਹੀਂ ਮੈਂ ਬਣਾਉਂਦੀ। ਸੋ ਲਓ ਜੀ ਗਾਇਸ, ਹੁਣ ਮੈਂ ਨਾ ਚੇਂਜ ਕਰ ਲਿਆ, ਅਤੇ ਫਿਰ ਹੁਣ ਨਾ ਮੈਂ ਚੱਲੀ ਸੀ ਬਾਹਰ। ਆਹ ਮੈਂ ਕੱਲ੍ਹ ਪਾਇਆ ਸੀ, ਅਤੇ ਵੋਸ਼ ਕੀਤਾ, ਮੈਨੂੰ ਚੰਗਾ ਲੱਗਾ, ਮੈਂ ਕਿਹਾ ਥੋੜ੍ਹੇ ਡਿਜ਼ਾਈਨ ਹੈ ਨਾ ਇੱਥੇ ਬਣੇ ਹੋਏ ਆ ਫੁੱਲ ਜੇ, ਅਤੇ ਸੋਹਣਾ ਲੱਗਦਾ। ਸੋ ਲਓ ਜੀ, ਮੈਂ ਹੁਣ ਰੈਡੀ ਹੋ ਚੁੱਕੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਆਲੂ ਲੈਣੇ, ਆਲੂ ਮੁੱਕੇ, ਮੈਂ ਕਿਹਾ ਚੱਲ ਅੱਜ ਆਲੂ ਗੋਭੀ ਬਣਾ ਲੈਂਦੇ ਹਾਂ। ਐਕਚੁਲੀ ਅੱਜ ਸੰਡੇ ਆ, ਅਤੇ ਮੈਂ ਕਿਹਾ ਚੱਲ ਮੰਡੇ ਐਕਚੁਲੀ ਮੈਂ ਬਣਾਉਂਦੀ ਹਾਂ, ਪਰ ਅੱਜ ਮੇਰਾ ਨਾ ਕੁਛ ਹੈਗਾ ਨਹੀਂ ਤਰਨ ਨੂੰ, ਅਤੇ ਮੈਂ ਕਿਹਾ ਚੱਲ ਹੁਣ ਕੀ ਫਿਰ ਬਣਾਵਾਂ, ਯੂ ਨੋ ਦਾ ਥਿੰਕ ਕਰਦੀ ਵੀ ਇਹੀ ਭੜਥਾ ਬਣਾ ਲਾਂ, ਜਾਂ ਫਿਰ ਭੜਥਾ ਵੀ ਲੈ ਕੇ ਆਉਣਾ ਪੈਣਾ। ਹੁਣ ਚੱਲਦੀ ਹਾਂ, ਦੇਖਦੀ ਹਾਂ ਜੋ ਮਿਲਦਾ ਚੱਕ ਲਿਆਉਂਦੀ ਹਾਂ, ਬਣਾ ਲੈਂਦੀ ਹਾਂ, ਫਿਰ ਤੁਹਾਨੂੰ ਦਿਖਾਲਦੀ ਹਾਂ ਤੁਹਾਨੂੰ। ਸੋ ਮਿਲਦੀ ਹਾਂ ਹੁਣੇ, ਠੀਕ ਆ? ਸੋ ਲਓ ਜੀ ਗਾਇਸ, ਅਸੀਂ ਬੈਠ ਚੁੱਕੇ ਹਾਂ ਬੱਸ 'ਤੇ, ਅਤੇ ਇੱਥੇ ਹੁੰਦਾ ਪਿਆ ਏ ਇੰਗਲਿਸ਼ ਵਿਆਹ, ਅਤੇ ਅਸੀਂ ਕਿਹਾ ਚਲੋ ਇਹਨਾਂ ਨੂੰ ਦੇਖਦੇ ਹਾਂ, ਅਤੇ ਬਹੁਤ ਹੀ ਪਿਆਰਾ ਕਪਲ ਆ, ਅਤੇ ਇੱਥੇ ਵਿਆਹ ਹੁੰਦੇ ਆ, ਇੱਕ ਦੂਜੇ ਨੂੰ ਫੁੱਲ ਵਗੈਰਾ ਫੜਾਉਂਦੇ ਸੀ, ਅਤੇ ਮੈਂ ਕਿਹਾ ਚੱਲ ਮੈਂ ਵੀ ਸ਼ੂਟ ਕਰ ਲੈਂਦੀ ਹਾਂ, ਸਾਰੇ ਜਣੇ ਸ਼ੂਟ ਕਰਨ ਦੇ, ਸਾਰੇ ਦੇਖਣ ਦੇ, ਅਤੇ ਮੈਂ ਕਿਹਾ ਅਸੀਂ ਵੀ ਦੇਖ ਲੈਂਦੇ ਹਾਂ। ਸੋ ਫਾਈਨਲੀ ਹੁਣ ਵਿਆਹ ਤਾਂ ਹੋ ਚੁੱਕਾ ਏ, ਹੁਣ ਇਹਨਾਂ ਨੇ ਸਾਈਨ ਵੈਪ ਵਗੈਰਾ ਕਰ ਲਿਆ, ਅਤੇ ਵਿਆਹ ਹੋ ਗਿਆ, ਅਤੇ ਹੁਣ ਅਸੀਂ ਚੱਲਦੇ ਹਾਂ ਸ਼ੋਪਿੰਗ। ਸੋ ਲਓ ਜੀ ਗਾਇਸ, ਪਹੁੰਚ ਚੁੱਕੀ ਹਾਂ ਸ਼ੋਪਿੰਗ, ਜਿੱਥੇ ਆਈ ਹਾਂ, ਬਸ ਥੋੜ੍ਹੀ ਜਿਹੀ ਸ਼ੋਪਿੰਗ ਲੈਣੀ ਹੈ ਫਟਾਫਟ ਲੈ ਕੇ। ਸੋ ਲਓ ਜੀ ਗਾਇਸ, ਲੈ ਲਈ ਹੈ ਛੋਟੀ ਜਿਹੀ ਟਰੋਲੀ, ਇੰਨੇ ਪਿਆਰੇ ਫਰੂਟ ਲੱਗੇ ਆ, ਬਹੁਤ ਥੋੜ੍ਹੇ ਐਪਲ ਲੱਗੇ ਆ, ਮੈਂ ਕਿਹਾ ਲੈ ਹੀ ਲੈਂਦੀ ਹਾਂ ਅੱਜ। ਸੋ ਗਾਇਸ, ਇੱਥੇ ਨਾ ਗ੍ਰੀਨ ਖੀਵੀ ਆ, ਖੀਵੀ ਜਿਹੜੀ ਛੋਟੀ ਛੋਟੀ ਆ ਨਾ, ਉਹ ਵਾਲੀ ਆ, ਕੱਚੀ ਕੱਚੀ ਖੀਵੀ ਆ। ਸੋ ਇੱਥੇ ਲੱਗੇ ਕਾਫੀ ਫਰੂਟ, ਅਤੇ ਮੈਂ ਲੈਣ ਲੱਗੀ ਆ ਗੋਭੀ। ਸੋ ਲਓ ਜੀ, ਆਹ ਗੋਭੀ ਸਾਫ਼ ਆ, ਆਹ ਲਿੱਲੀ ਆ, ਜੋ ਇੱਥੇ ਇੱਕ ਮੈਂ ਭੜਥਾ ਲੈ ਲਿਆ ਇੱਕ, ਸੋ ਭੜਥਾ ਵੀ ਲੈ ਲਿਆ, ਇੱਥੇ ਫਲੀਆਂ ਵੀ ਲੈ ਲਈਆਂ, ਅਤੇ ਹੁਣ ਲੈਂਦੀ ਹਾਂ ਆਲੂ। ਲਓ ਜੀ, ਆਲੂ ਵੀ ਲੈ ਲਏ ਆ, ਅਤੇ ਇੱਥੇ ਨਾ ਕਾਫੀ ਸਵੀਟਾਂ ਲੱਗੀਆਂ, ਮੈਂ ਕਿਹਾ ਲੈ ਲਵਾਂ, ਬਟ ਮੈਂ ਕਿਹਾ ਰਹਿਣ ਦਿੰਦੀ ਹਾਂ। ਸੋ ਭੂਤਾਂ ਵਾਲੀਆਂ ਸਵੀਟਾਂ, ਅਗਲੇ ਮਹੀਨੇ ਭੂਤ ਦੇ ਦਿਨ ਆ ਗਏ ਨਾ, ਇਸ ਕਰਕੇ ਹਲੋਵੀਨ, ਇਸ ਕਰਕੇ। ਸੋ ਲਓ ਜੀ, ਇੱਥੇ ਬਿਸਕੁਟ ਵਗੈਰਾ ਲਏ ਆ ਇੱਕ ਦੋ, ਅਤੇ ਮੈਂ ਨਾ ਹੁਣ ਇੱਥੇ ਆਈ ਹਾਂ, ਅਤੇ ਪਾਸਤਾ ਵੇਖਿਆ, ਅਤੇ ਇੱਥੇ ਨਾ ਆਹ ਪੱਕਿਆ ਹੋਇਆ ਪਾਸਤਾ, ਐਕਚੁਲੀ ਬੋਇਲ ਕੀਤਾ ਹੋਇਆ ਪਾਸਤਾ, ਪੈਕਟਾਂ 'ਚ ਪੈਕਟ ਆ, ਮੈਂ ਕਿਹਾ ਇਹਨੂੰ ਕੀ ਕਰਨਾ, ਰਹਿਣ ਦਿੰਦੀ ਹਾਂ। ਸੋ ਚਲੋ ਜੀ, ਹੁਣ ਚੱਲਦੇ ਆ ਅੱਗੇ। ਸੋ ਲਓ ਜੀ ਗਾਇਸ, ਇੱਥੋਂ ਲੈਣੀ ਆ ਦੁੱਧ, ਅੰਕਲ ਇੱਥੇ ਖੜੇ ਸੀ, ਮੈਂ ਕਿਹਾ ਅੰਕਲ ਪਿੱਛੇ ਅੜ ਜਾਓ ਫਟਾਫਟ, ਸਾਨੂੰ ਵੀ ਲੈਣ ਦਿਓ। ਸੋ ਲਓ ਜੀ, ਫਾਈਨਲੀ ਅਸੀਂ ਲੈ ਲਈ ਇੱਥੋਂ ਦੁੱਧ, ਅਤੇ ਇੱਥੋਂ ਲਏ ਆ ਫਰੈਂਚ ਫਰਾਈਜ਼ ਥੋੜ੍ਹੇ ਜਿਹੇ ਬੱਚਿਆਂ ਵਾਸਤੇ। ਸੋ ਫਰੈਂਚ ਫਰਾਈਜ਼ ਮੈਂ ਕਿਹਾ ਕਦੀ ਕਦੀ ਨਾ ਨਿਆਣੇ ਮੰਗ ਲੈਂਦੇ ਆ, ਅਤੇ ਫਟਾਫਟ ਹੁੰਦੇ ਆ ਘਰ 'ਤੇ ਬਣਾ ਕੇ ਦੇ ਦਈਦੇ। ਸੋ ਆਹ ਕਾਫੀ ਪ੍ਰਕਾਰ ਦੇ ਇੱਥੇ ਫਰੈਂਚ ਫਰਾਈਜ਼, ਪੀਜ਼ਾ ਵਗੈਰਾ, ਡਿਫਰੈਂਟ ਡਿਫਰੈਂਟ ਪ੍ਰਕਾਰ ਦੀਆਂ ਚੀਜ਼ਾਂ ਮਿਲ ਜਾਂਦੀਆਂ। ਸੋ ਲਓ ਜੀ, ਇੱਥੇ ਆਈਸਲੈਂਡ ਹੈਗਾ, ਅਤੇ ਚੋਕਲੇਟਾਂ ਵੀ ਆ ਗਈਆਂ, ਬਿਕਾਜ਼ ਕ੍ਰਿਸਮਿਸ ਆਉਣ ਲੱਗੀ ਇਸ ਕਰਕੇ।
ਤੇ ਮੈਂ ਕਿਹਾ ਚਲੋ ਹੁਣ ਅੱਗੇ ਨੂੰ ਚੱਲਦੀ ਹਾਂ, ਚੋਕਲੇਟਾਂ ਤੇ ਬਹੁਤ ਆ। ਸੋ ਇੱਥੇ ਆਈ ਹਾਂ ਬਿਸਕਿਟ ਵੇਖਣ, ਤੇ ਇੱਥੇ ਨਾ ਫਤਿਹ ਸਿੰਘ ਤੇ ਇਹਦੇ ਪਾਪਾ ਲਾਈਕਾ ਦੇ ਆਹ ਵਾਲੇ ਬਿਸਕਿਟ, ਤੇ ਤੇਗਾ ਲਾਈਕਾ ਦਾ ਦੂਸਰੇ ਵਾਲੇ। ਸੋ ਮੈਂ ਕਿਹਾ ਚਲ ਆਹ ਤੇਗ ਵਾਸਤੇ ਵੀ ਲੈ ਲੈਂਦੀ ਹਾਂ, ਇੱਕ ਤਾਂ ਮੇਰੇ ਕੋਲ ਫੜਿਆ ਨਹੀਂ ਜਾਂਦਾ, ਇੱਕ ਹੱਥ ਨਾਲ ਕੈਮਰਾ ਸੀ, ਤੇ ਮੈਂ ਕਿਹਾ ਚਲ ਹੁਣ ਇੱਥੇ ਰੱਖ ਲਈਆਂ। ਲਓ ਜੀ ਇੱਥੇ ਰੱਖ ਲਿਆ ਬਿਸਕਿਟ, ਤੇ ਆਹ ਮੈਂ ਪੜ੍ਹ ਲੈਂਦੀ ਹਾਂ। ਜਿਹਨੂੰ ਸਮਝਣ ਨਾ ਵਿੱਚ ਕੁਛ ਪਿਆ ਹੁੰਦਾ, ਇਸ ਕਰਕੇ ਨਾ ਥੋੜ੍ਹਾ ਪ੍ਰੋਬਲਮ ਜੀ ਪੈਂਦੀ ਆ, ਇਸ ਕਰਕੇ ਮੈਂ ਕਿਹਾ ਪ੍ਰੋਪਰ ਤਰੀਕੇ ਨਾਲ ਬੰਦਾ ਪੜ੍ਹ ਕੇ ਤੇ ਫੇਰ ਹੀ ਲੈਂਦਾ ਆ। ਲਓ ਜੀ ਇਹਦੇ ਵਿੱਚ ਕੁਛ ਨਹੀਂ ਹੈਗਾ, ਇਹ ਖਾ ਸਕਦਾ ਫਤਿਹ ਸਿੰਘ, ਫਤਿਹ ਸਿੰਘ ਲਵ ਕਰਦਾ, ਤੇਗ ਵੀ ਲਵ ਕਰਦਾ ਹੈ। ਫਤਿਹ ਸਿੰਘ ਤੇਗਾ ਹੁੰਦਾ, ਉਹਨੂੰ ਕਹਿੰਦਾ ਸਭ ਕੁਛ ਲੈ ਦੇ। ਸੋ ਇੱਧਰ ਨਾ ਡੋਗ ਦਾ ਤੇ ਕੈਟ ਦਾ ਖਾਣਾ ਵੀ ਵੇਖੋ ਕਿੰਨਾ ਮਹਿੰਗਾ ਜੀ, ਇੰਨਾ ਬੰਦਿਆਂ ਦਾ ਨਹੀਂ ਹੁੰਦਾ ਜਿੰਨਾ ਇਹਨਾਂ ਦਾ ਮਹਿੰਗਾ ਜੀ। ਸੋ ਲਓ ਜੀ ਗਾਇਸ, ਇੱਥੇ ਮੈਂ ਕੱਟ ਲਿਆ ਆਲੂ ਐਂਡ ਗੋਭੀ, ਆਲੂ ਮੈਂ ਥੱਲੇ ਆ, ਆਲੂ ਐਂਡ ਗੋਭੀ ਦੋਨੋਂ ਚੀਜ਼ਾਂ ਕੱਟ ਲਈਆਂ। ਸੋ ਇੱਥੇ ਮੈਂ ਕੱਟ ਲਿਆ ਅਨੀਅਨ, ਜਿੰਜਰ, ਗਾਰਲਿਕ ਐਂਡ ਗ੍ਰੀਨ ਚਿਲੀ। ਸੋ ਲਓ ਜੀ ਗਾਇਸ, ਤੇ ਇੱਥੇ ਜਿਹੜੇ ਗੋਭੀ ਦੇ ਪੱਤੇ ਬਚੇ ਸੀ ਉਹ, ਸੋ ਲਓ ਮੈਂ ਫਟਾਫਟ ਬਣਾਉਂਦੀ ਹਾਂ ਗੋਭੀ ਤੇ ਦਿਖਾਉਂਦੀ ਹਾਂ ਤੁਹਾਨੂੰ ਫਟਾਫਟ। ਫਲੋਰਾ ਫਲੋਰਾ ਦੈਟਸ ਇਟ, ਮੈਂ ਥੋੜ੍ਹਾ ਤੇਲ ਯੂਜ਼ ਕਰਦੀ ਹਾਂ, ਜ਼ਿਆਦਾ ਨਹੀਂ ਯੂਜ਼ ਕਰਦੀ। ਸੋ ਗਾਇਸ, ਉਹਨਾਂ ਚਿਰ ਅਸੀਂ ਵਾਸ਼ ਕਰ ਲੈਂਦੇ ਹਾਂ ਗੋਭੀ ਨੂੰ ਪ੍ਰੋਪਰ ਤਰੀਕੇ ਨਾਲ, ਗੋਭੀ ਐਂਡ ਆਲੂ। ਸੋ ਲਓ ਜੀ ਗਾਇਸ, ਓਇਲ ਹੋ ਗਿਆ ਗਰਮ, ਵਿੱਚ ਕਰ ਦਿੰਦੇ ਆ ਅਜਵਾਇਨ ਐਡ। ਸੋ ਲਓ ਜੀ ਗਾਇਸ, ਅਸੀਂ ਬਣਾਉਂਦੇ ਹਾਂ ਫਰਾਈਡ ਗੋਭੀ। ਸੋ ਲਓ ਜੀ ਗਾਇਸ, ਅਸੀਂ ਬਣਾਉਣੀ ਹੈ ਢਾਬੇ ਸਟਾਈਲ ਫਰਾਈਡ ਗੋਭੀ, ਅਸੀਂ ਕਵਰ ਕਰ ਦਿੰਦੇ ਹਾਂ। ਸੋ ਇੱਥੇ ਮੈਂ ਕੱਢ ਲਿਆ ਚੌਲ ਅੱਧੀ ਕਟੋਰੀ, ਸੋ ਇਹਨੂੰ ਥੋੜ੍ਹਾ ਚਿਰ ਵਾਸਤੇ ਭਿਓ ਦਿੰਦੀ ਹਾਂ ਚੌਲਾਂ ਨੂੰ ਵਾਸ਼ ਕਰਕੇ। ਜਿੰਨਾ ਚਿਕਰ ਗੋਭੀ ਇੱਧਰ ਹੁੰਦੀ ਹੈ ਉਨਾ ਚਿਕਰ ਮੈਂ ਗੁੰਨ ਲੈਂਦੀ ਹਾਂ ਆਟਾ, ਅੱਧੇ ਫਟਾਫਟ ਫਿਰ ਆਟਾ ਗੁੰਨ ਕੇ। ਸੋ ਜੀ ਗਾਇਸ, ਇੱਥੇ ਆਟਾ ਵੀ ਮੇਰਾ ਗੁੰਨਿਆ ਗਿਆ, ਤੇ ਇਹਨੂੰ ਰੱਖ ਦਿੰਦੀ ਹਾਂ ਫਰਿੱਜ 'ਚ। ਸੋ ਫਰਿੱਜ 'ਚ ਆਇਆ ਸੀ ਦੁੱਧ, ਤੇ ਮੈਂ ਕਿਹਾ ਚੱਲ ਹੁਣ ਇੱਥੇ ਆਟਾ ਰੱਖ ਲੈਂਦੇ ਹਾਂ। ਸੋ ਗਾਇਸ, ਮੇਰੇ ਨਾ ਗੋਭੀ ਹਲਕੀ ਹਲਕੀ ਹੋ ਗਈ ਹੈ ਬਰਾਊਨ, ਤੇ ਫਰਾਈ ਹੋ ਚੁੱਕੀ ਆ, ਤੇ ਹੁਣ ਨਾ ਮੈਂ ਇਹਦੇ ਵਿੱਚ ਕੀ ਕਰਨਾ ਆ, ਆਹ ਸਾਰਾ ਸਮਾਨ ਨਾ ਐਡ ਕਰ ਦਿੰਦੀ ਹਾਂ, ਤੇ ਇਹਨੂੰ ਮੈਂ ਕਹਿੰਦੀ ਹਾਂ ਫਰਾਈ ਗੋਭੀ। ਸੋ ਲਓ ਜੀ ਗਾਇਸ, ਹੁਣ ਇਹਦੇ ਵਿੱਚ ਅਸੀਂ ਕਰਦੇ ਹਾਂ ਸਭ ਤੋਂ ਪਹਿਲੇ ਥੋੜ੍ਹਾ ਜਿਹਾ ਮਸਾਲਾ ਐਡ, ਆਪਣੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਜਿੰਨਾ ਤੁਸੀਂ ਯੂਜ਼ ਕਰਦੇ ਹੋ। ਸੋ ਥੋੜ੍ਹੀ ਜਿਹੀ ਰੈੱਡ ਚਿੱਲੀ ਆਪਣੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਜਿੰਨਾ ਤੁਸੀਂ ਯੂਜ਼ ਕਰਨਾ। ਸੋ ਹਲਦੀ ਵੀ ਉਸੇ ਮੁਤਾਬਿਕ ਥੋੜ੍ਹੀ ਜਿਹੀ ਯੂਜ਼ ਕਰਨੀ ਆ, ਜਿੰਨੀ ਤੁਸੀਂ ਕਰਦੇ ਹੋ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ। ਸੋ ਥੋੜ੍ਹਾ ਜਿਹਾ ਸੋਲਟ ਕਰਨਾ ਆ, ਸੋਲਟ ਨੂੰ ਵੀ ਦੇਖਣਾ ਆ ਕਿ ਕਿੰਨਾ ਕੁ ਆਪਣੇ ਅਕੋਰਡਿੰਗ ਤੁਸੀਂ ਪਾਉਂਦੇ ਹੋ। ਸੋ ਮੈਂ ਆਪਣੇ ਅਕੋਰਡਿੰਗ ਥੋੜ੍ਹਾ ਜਿਹਾ ਪਾਉਂਦੀ ਹਾਂ, ਥੋੜ੍ਹਾ ਥੋੜ੍ਹਾ ਸਭ ਕੁਛ ਐਡ ਕਰ ਦਿੱਤਾ। ਸੋ ਲਓ ਜੀ, ਐਵਰੀਥਿੰਗ ਇਜ਼ ਡਨ, ਅਤੇ ਹੁਣ ਇਹਨੂੰ ਕਰਨਾ ਸਿਰਫ ਮਿਕਸ ਹੋਰ ਕੁਛ ਨਹੀਂ, ਅਤੇ 5 ਮਿੰਟ ਸਿਰਫ ਕਵਰ ਕਰਨੀ ਹੈ, ਅਤੇ ਗੋਭੀ ਤੁਹਾਡੀ ਡਨ ਆ ਫਰਾਈ ਗੋਭੀ, ਅਤੇ ਬਿਨਾਂ ਫਰਾਈ ਕੀਤੀ ਮੈਂ ਫਰਾਈ ਗੋਭੀ ਬਣਾ ਦਿੱਤੀ ਜੀ। ਦੇਖ ਲਓ ਗਾਇਸ, ਇੱਕ ਵਾਰੀ ਬਣਾਓ ਅਤੇ ਵਾਰ ਵਾਰ ਖਾਓ। ਜੀ ਗਾਇਸ, ਗੋਭੀ ਇਜ਼ ਡਨ, ਬਸ ਗਾਰਨਿਸ਼ ਕਰਨ ਵਾਲੀ ਰਹਿ ਗਈ ਆ, ਜੇ ਬਣੂਗੀ ਪਲੇਟ ਸੱਜੂਗੀ ਦਿਖਾ ਦੂੰਗੀ ਤੁਹਾਨੂੰ। ਸੋ ਲਓ ਜੀ ਗਾਇਸ, ਮੇਰੀ ਰੈਸਟੋਰੈਂਟ ਸਟਾਈਲ, ਢਾਬੇ ਦੀ ਸਟਾਈਲ ਗੋਭੀ ਫਰਾਈ, ਇਟ ਇਜ਼ ਰੈਡੀ ਟੂ ਈਟ। ਜਿਹਨੇ ਖਾਣੀ ਫਟਾਫਟ ਖਾ ਲਓ ਗਰਮਾ ਗਰਮ। ਓ ਮਾਈ ਗੋਡ, ਸੋ ਗਾਇਸ, ਮੈਂ ਨਾ ਇੱਧਰ ਆਈ ਰੂਮ 'ਚ, ਅਤੇ ਬੱਚਿਆਂ ਨੂੰ ਦੇਖਣ, ਅਤੇ ਬਾਹਰ ਪੈਂਦੀ ਪਈ ਰੇਨਿੰਗ। ਓ ਮਾਈ ਗੋਡ, ਲੁੱਕ ਦਾ ਵੈਦਰ ਮੈਨ, ਸੋ ਰੇਨਿੰਗ ਹੁੰਦੀ ਹੀ ਆ ਬਾਹਰ। ਓ ਮਾਈ ਗੁੱਡਨੈਸ,